ਉਧਰ ਲਾ ਬੇਟਾ ਉਧਰ ਅੰਦਰ ਲਾਈ ਦੀ ਆ ਇਹ ਅੱਥੇ ਲਾ ਦੋ ਚਲ ਯਾਰ ਭਾਜੀ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਕਿੱਥੋਂ ਦੇ ਰਹਿੰਦੇ ਮੈਂ ਭਾਈ ਅਲਫਾ ਮਨ ਲੱਗ ਰਿਹਾ ਕੀ ਗੱਲ ਹੋਈ ਮੈਂ ਉਹ ਦੰਤ ਫੜ ਗਿਆ ਜੀ ਕੌਣ ਕੀ ਤੁਹਾਡੇ ਕੀ ਕਰਦੀ ਮੇਰੀ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਮੈਂ ਭਾਈ ਫੋਨ ਲਾਇਆ ਰਿਕਾਰਡਿੰਗ ਮਹੀਨਾ ਰਿਕਾਰਡਿੰਗ ਸੁਣਦਾ ਰਿਹਾ ਸੁਣਦਾ ਰਿਹਾ ਮੈਨੂੰ ਰਿਕਾਰਡਿੰਗ ਰਾਹੀਂ ਪਤਾ ਲੱਗਾ ਅੱਜ ਮੈਂ ਦਰਬਾਰ ਸਾਹਿਬ ਮਿਲਣਾ ਵਾ ਕਿਹੜੇ ਹੋਟਲ 'ਚ ਫੜੇਗੀ ਹੋਟਲ ਦੇ ਨਾਂ ਨਾਲ ਨਹੀਂ ਤੇ ਨਹੀਂ ਜਦੋਂ ਰਿਕਾਰਡਿੰਗ ਲਾਈ ਇਹ ਕਿੱਥੋਂ ਦਾ ਰਹਿਣ ਵਾਲਾ ਗਾਉਂਦਾ ਇਹ ਗਾ ਭਾਈ ਇੱਧਰ ਦਾ ਬਾਬੂਡੇ ਰੋਡ ਦਾ ਬਾਬੂਡੇ ਰੋਡ ਦਾ ਇਹ ਡੇਲੀ ਮਿਲਦੇ ਜਾਂ ਕਿਦਾਂ ਅੱਜ ਬੜੇ ਅੱਜ ਹੀ ਅੱਜ ਹੀ ਤੇ ਪਹਿਲਾਂ ਵੀ ਗੱਲਬਾਤ ਹੋਈ ਹੈ ਤੁਹਾਡੇ ਲੋਕ ਕੰਪਲੀਟ ਵਗੈਰਾ ਦਿੱਤੀ ਗਈ ਸੀ ਨਾ ਨਾ ਪਹਿਲਾਂ ਨਹੀਂ ਦਿੱਤੀ ਤੇ ਹੁਣ ਕਿੱਥੇ ਲੈਂਦਾ ਇਹਨੂੰ ਹੁਣ ਕਿੱਥੇ ਲੈਂਦਾ ਗਿਆ ਹੁਣ ਥਾਣੇ ਲੈਂਦਾ ਕੀ ਮੰਗ ਕੀ ਕਰਦੇ ਤੁਸੀਂ ਕਾਰਵਾਈ ਕੀਤੀ ਜਾਵੇ ਭਾਈ ਇਹਨਾਂ ਦੀ ਇਹਨਾਂ ਨੂੰ ਪਤਾ ਲੱਗੇ ਇੱਦਾਂ ਲੋਕਾਂ ਦੇ ਘਰ ਜੜਦੇ ਆ ਲੱਗਦਾ ਕਿ ਤੁਹਾਡੀ ਘਰ ਵਾਲੀ ਨੇ ਵੀ ਤੁਹਾਡੇ ਨੂੰ ਧੋਖਾ ਕੀਤਾ ਕਿਉਂਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹਾਂਜੀ ਤੁਸੀਂ ਪਰਿਵਾਰ ਨਾਲ ਕੱਲ੍ਹ ਗੱਲਬਾਤ ਕੀਤੀ ਕੁੜੀ ਦੀ ਕੀਤੀ ਹੁਣ ਕੀਤੀ ਮੈਂ ਦੱਸਿਆ ਨੇ ਇਹਨਾਂ ਨੂੰ ਪਹਿਲਾਂ ਨਹੀਂ ਦੱਸਿਆ ਹੁਣ ਦੱਸਿਆ ਫੋਨ ਤੇ ਮੁੰਡਾ ਕੀ ਕਹਿ ਰਿਹਾ ਜੀ ਮੁੰਡੇ ਨੇ ਕੁੱਖ ਨਹੀਂ ਕਿਹਾ ਮੁੰਡਾ ਕਹਿੰਦਾ ਮੇਰੀ ਗੱਲਬਾਤ ਇਹਨਾਂ ਪੰਜਾਬੀ ਹਾਂਜੀ ਚੱਲੇ ਰੱਖੋ ਯਾਰ ਲੋਕੋ ਚੱਲ ਤਾਂ ਰਿਹਾ जो भी कंप्लेंट देन फिलहाल पहुंचे फिर उस हिसाब ना जो बन जी कार किसी होटल रुके हुए हसबेंड ने लड़की अपने देखो जे तो लड़की अपनी मन मर्जी गई है अडल्ट है फिर तो एक्शन नहीं है जो मानेगी तो जे वह कहेगी भी मैंने जोर जबरदस्ती खड़िया वा तो फिर उस मुताबिक जरूर कार्रवाई करा मैं एक बार सुनागा जी जे तो कोई उन्होंने अपना परिवारक मसला है तो जरूर काउंसलिंग करा जी उन्होंने ਇਹਨਾਂ ਹੋਈ ਹੋਸਟਲ 'ਚ ਬੜੇ ਸੀ ਦੋਨੇ ਜਾਣੇ ਇਹਨਾਂ ਨੇ ਵੇਖ ਲਿਆ ਕਿੰਨੀ ਚਿਰ ਦੀ ਗੱਲਬਾਤ ਤੁਹਾਡੀ ਹਾਂਜੀ ਚੱਲੀ ਹਫਤਾ ਕੋ ਹੋਇਆ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਸੀਨੇ ਵੀ ਦੇ ਚ ਮੈਰਿਡ ਹੋ ਤੁਸੀਂ ਹਾਂਜੀ ਤੇ ਘਰ ਵਾਲੇ ਨੂੰ ਕਿਦਾਂ ਪਤਾ ਲੱਗਿਆ ਉਹਨਾਂ ਨੂੰ ਨਾ ਕਿਸੇ ਨੇ ਦੱਸ ਦਿੱਤਾ ਤੇ ਉਹਨਾਂ ਨੇ ਉਹ ਫਿਰ ਤੇ ਕੀ ਹੋਇਆ ਹੁਣ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੁੰਦੀ ਵੀ ਹਾਂਜੀ ਹਾਂਜੀ ਪਰ ਚੱਕਰ ਇਹ ਹੈ ਕਿ ਤੁਸੀਂ ਇੱਕ ਵਿਆਹੇ ਹੋ ਤੇ ਇੱਕ ਹੋਟਲ ਦੇ ਵਿੱਚ ਸਬੰਧ ਬਣਾਉਂਦੇ ਪਏ ਤੇ ਘਰ ਵਾਲਾ ਉੱਤੋਂ ਆ ਗਿਆ ਸਹੀ ਸਹੀ ਕੀਤਾ ਤੁਸੀਂ ਵੈਸੇ ਇਨਸਾਨੀਅਤ ਤੌਰ ਤੇ ਸਹੀ ਕੀਤਾ ਹਾਂਜੀ ਹੈ ਸਹੀ ਕੀਤਾ ਵਾ ਹਾਂਜੀ ਉੱਚੀ ਬੋਲ ਘਰ ਵਾਲਾ ਤੰਗ ਕਰਦੇ ਤੁਹਾਨੂੰ ਨਹੀਂ ਨਹੀਂ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਕਿ ਨਸ਼ੇ ਨੂਸ਼ੇ ਕਰਦਾ ਹੋ ਨਹੀਂ ਨਹੀਂ ਕੋਈ ਨਹੀਂ ਕੀ ਕਾਰਨ ਰਿਹਾ ਕਿ ਤੁਹਾਨੂੰ ਨਹੀਂ ਵੈਸੇ ਇਹਨਾਂ ਨੇ ਮੈਨੂੰ ਜ਼ਬਰਦਸਤੀ ਕੀਆ ਸੀ ਤੇ ਮੈਂ ਕਿਹਾ ਚੱਲ ਕਿਹਨੇ ਜ਼ਬਰਦਸਤੀ ਕੀਤੀ ਕਿਹਨੇ ਘਰ ਵਾਲੇ ਨੇ ਜਾਂ ਮੁੰਡੇ ਨੇ ਨਹੀਂ ਮੁੰਡੇ ਇਹ ਕਿਦਾਂ ਦਾ ਰਹਿਣ ਲਾਵਾ ਸੀਨੇ ਵੀ ਦੇ ਚੰਦ ਜਾ ਸੀਨੇ ਵੀ ਦੇ ਚੰਦ ਸੀਨੇ ਵੀ ਦੇ ਹਫਤਾ ਹੋ ਗਈ ਤੁਹਾਡੀ ਗੱਲਬਾਤ ਨੂੰ ਹਾਂ ਤੇ ਤੁਹਾਡੇ ਜੋ ਘਰ ਵਾਲੇ ਨੂੰ ਪਤਾ ਲੱਗਿਆ ਤੇ ਤੁਸੀਂ ਇਹ ਕੰਮ ਕਰੇ ਕਿ ਪਰਿਵਾਰਕ ਪ੍ਰੋਡਕਟ ਪਰ ਘਰ ਵਾਲਾ ਤੁਹਾਡਾ ਸਹੀ ਨਹੀਂ ਹੈ ਜਿਹੜਾ ਤੁਸੀਂ ਇਤਰਾ ਕਰਦੇ ਕਿ ਨਸ਼ੇ ਨੂਸ਼ੇ ਕਰਦਾ ਘਰ ਵਾਲਾ ਤੇ ਫਿਰ ਇੱਕ ਕਦਮ ਕਿਤੇ ਚੁੱਕ ਲਿਆ ਤੁਸੀਂ ਮੈਂ ਤਾਂ ਉਹ ਕਹਿੰਦੀ ਗਲਤੀ ਹੋ ਗਈ ਮੈਂ ਨਹੀਂ ਕਰ ਪਰ ਉਹਨਾਂ ਨੇ ਤੁਹਾਨੂੰ ਥਾਣੇ ਦੇ ਵਿੱਚ ਲੈਂਦੇ ਕਹਿੰਦੇ ਕਿ ਮੈਂ ਹੁਣ ਰੱਖਣੀ ਨਹੀਂ ਇਹਨੂੰ ਨਹੀਂ ਮੈਂ ਰਹਿਣਾ ਚਾਹੁੰਦੀ ਤੇ ਤੁਸੀਂ ਦੱਸ ਸਕ ਕੇ ਗੱਲ ਕਰਦੇ ਨਹੀਂ ਮੈਂ ਰਹਿਣਾ ਸ਼ਰਮ ਆਉਂਦੀ ਵੀ ਥੋੜੀ ਜਿਹੀ ਤੁਹਾਨੂੰ ਵੈਸੇ ਹੈ ਜਿਹੜੀ ਹੋਣੀ ਚਾਹੀਦੀ ਉਹੀ ਕਾਰਵਾਈ ਤੁਹਾਨੂੰ ਕਿਦਾਂ ਪਤਾ ਲੱਗਿਆ ਕਿ ਹੋਣੀ ਰਿਕਾਰਡਿੰਗ ਲਾਈ ਸੀ ਤੇ ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਉਹਨੇ ਸਵੇਰੇ ਆਣਾ ਮੁੰਡੇ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੀ ਮੰਗ ਕਰਦੇ ਆਈ ਇਹਨੂੰ ਰੱਖਣਾ ਨਹੀਂ ਚਾਹੁੰਦੇ ਬਸ ਕਿਹਨੂੰ ਆ ਵੋਟੀ ਨੇ ਹਾਂਜੀ ਕੰਪਲੀਟ ਦਿੱਤੀ ਤੁਹਾਡੇ ਨੂੰ ਹਾਂਜੀ